ਅਸਲਾਮ ਵਾਲੇਕੁਮ ਜੀ, ਇੱਕ ਵਾਰੀ ਫਿਰ ਤੁਹਾਡਾ ਵੈਲਕਮ ਕਰਦੇ ਹਾਂ ਦੇਸੀ ਟੱਚ ਬਾਏ ਫੈਸਲਾਬਾਦ 'ਤੇ। ਅੱਛਾ, ਅਸੀਂ ਤੁਹਾਨੂੰ ਇੱਕ ਵਾਰੀ ਫਿਰ, ਜਿਵੇਂ ਪਿਛਲੀ ਵਾਰੀ ਅਸੀਂ ਗਏ ਸੀ ਇੱਕ ਬਲੌਗ ਬਣਾਇਆ ਸੀ ਪੂਲ 'ਤੇ ਜਾਣ ਦਾ, ਤਾਂ ਅੱਜ ਅਸੀਂ ਫਿਰ ਮਾਨੀ ਗੁੱਜਰ ਆਇਆ ਹੋਇਆ ਦੇ ਨਾਲ, ਮੁਜ਼ੰਮਲ ਮਨਸ਼ਾ ਆਇਆ ਹੋਇਆ ਵਾ, ਠੀਕ ਆ। ਅਸੀਂ ਤੁਹਾਨੂੰ ਅੱਜ ਫਿਰ ਇੱਕ ਵਾਰੀ ਉੱਥੇ ਦਾ ਨਜ਼ਾਰੇ ਦਿਖਾਵਾਂਗੇ, ਤੁਹਾਨੂੰ ਆਪਣੀ ਸ਼ੁਗਲੇ ਮਿਲੇ ਚੈੱਕ ਕਰਾਵਾਂਗੇ, ਅਤੇ ਇਨਸ਼ਾਅੱਲਾ ਉਮੀਦ ਕਰਦਾ ਕਿ ਤੁਹਾਨੂੰ ਪਿਛਲੀ ਵਾਰ ਦੇ ਵਾਂਗ ਤੁਹਾਡੀ ਆਹ ਵੀਡੀਓ ਵੀ ਚੰਗੀ ਲੱਗੇਗੀ। ਪਤਾ ਨਹੀਂ ਬਾਕੀ ਲੱਗੀ ਕਿ ਨਹੀਂ ਲੱਗੀ, ਬਾਕੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਉੱਥੇ ਦੇ ਨਜ਼ਾਰੇ ਚੈੱਕ ਕਰੀਏ, ਤੁਹਾਨੂੰ ਸ਼ੁਗਲੇ ਮਿਲਾ ਚੈੱਕ ਕਰਾਈਏ। ਅਤੇ ਮਾਨੀ ਬਾਈ, ਆਪਾਂ ਕਿੰਨੀ ਦੇਰ ਤੱਕ ਨਿਕਲਣਾ ਇੱਥੋਂ? ਬਾਈ ਅੱਧੇ ਘੰਟੇ ਤੱਕ। ਅੱਧੇ ਘੰਟੇ ਤੱਕ? ਅਤੇ ਬਾਈ ਤੁਹਾਡੇ ਯਾਰ ਬੁਰੇ ਨੇ, ਬਾਈ ਦੇ ਯਾਰ ਬੁਰੇ ਨੇ, ਬਾਈ ਨੇ ਪੈਂਪਰ ਆਪਣੇ ਸਾਰੇ ਪੈਕ ਕਰਕੇ ਰੱਖੇ ਹੋਏ ਨੇ ਬੈਗ ਦੇ ਵਿੱਚ, ਅਤੇ ਫੁੱਟਬਾਲ ਅਸੀਂ ਲੈ ਕੇ ਜਾਣਾ ਉਹਦੇ ਨਾਲ, ਅਸੀਂ ਕੈਦੀ ਕੈਦੀ ਖੇਡਣਾ, ਅਤੇ ਮਿਲਦੇ ਆਪਾਂ ਅੱਗੇ ਜਾ ਕੇ ਉਹਨੇ ਚੱਲੀ। ਫਿਲਹਾਲ ਰੈਕ ਸਿਟੀ ਆਏ ਸੀਗੇ, ਅਹਿਮਦ ਭਾਈ ਤੇ ਬਾਈ ਨੂੰ ਨਾਲ ਲੈਣਾ ਸੀਗਾ। ਜੀ ਹਰ ਬਾਰ ਦੀ ਵਾਂਗੂ ਸਾਡੇ ਨਾਲ ਆਹ ਬੰਦਾ ਹਰ ਵਜੇ ਸਾਡੇ ਨਾਲ ਹੀ ਹੁੰਦਾ, ਠੀਕ ਆ, ਇਹ ਨਹੀਂ ਜਾਣ ਛੱਡਦਾ ਸਿੱਧੀ ਲਈ ਆ। ਅਤੇ ਉਸ ਤੋਂ ਬਾਅਦ ਜਿਹੜਾ ਬਾਈ ਜਿਹੜੇ ਆ ਐਪ ਸਭ ਤੋਂ ਪਰਲੇ, ਆਹ ਦੋ ਨੰਬਰ ਜਿਹੜੇ ਨੇ, ਇਹ ਪਿਛਲੀ ਵਾਰ ਵੀਵੋ ਲੈ ਕੇ ਅਸੀਂ, ਅੱਜ ਕੱਲ੍ਹ ਸੈਂਡ ਦਾ ਮੋਬਾਈਲ ਲਿਆਂਦਾ ਵਾ, ਜਿਹਦੇ ਵਿੱਚ ਕਹਿੰਦੇ ਕਿ ਮੈਂ ਲਾਈਵ ਚਲਾਉਣਾ, ਉਹ ਸੈਂਡ ਨਹੀਂ ਹੁੰਦਾ ਪਹਿਲਾਂ, ਉਹ ਉਲਟੀਨੇ ਵਾਲਾ ਉਹ ਆ। ਇਹ ਸੈਂਡੋ ਦਾ ਨਵਾਂ ਮੋਬਾਈਲ ਆ, ਬਾਈ ਨੇ ਲਿਆ ਸੀਗਾ, ਕਿੰਨੇ ਦਾ ਲਿਆ ਸੀ ਬਾਈ ਇਹ? 10,000 ਦਾ। ਹਾਂ ਬਾਈ, ਕਹਿੰਦੇ ਪਾਪੜਾ ਆਪਣਾ ਪਾਪੜਾ ਨੇ ਲਿਆ ਸੀਗਾ, ਸੁੱਕੀਆਂ ਰੋਟੀਆਂ ਦੇ ਕੇ। ਸਾਡਾ ਡਰਾਈਵਰ ਬਾਈ ਨੇ ਪਸੀਨਾ ਆ ਰਿਹਾ, ਛੇ ਛੇ ਬੰਦ ਆ, ਅਤੇ ਸਾਫੇ ਲੈ ਲੈਣੇ ਉਹਨਾਂ ਨੇ। ਇਹ ਬਾਈ ਬੰਦਾ ਬਾਈ ਜੇਬ ਦੇ ਆਮਣੇ ਰੱਖਿਆ ਦਿਲ ਨਾਲ ਲਈ। ਪੜੀ ਗਏ ਔਖਾ ਸੁੱਖਾ, ਇੱਕ ਗੱਡੀ ਸਾਡੀ ਆ ਖੜੀ ਹੋਈ ਆ, ਤਾਂ ਦੂਜੀ ਅਸੀਂ ਘੁਮਾ ਕੇ ਲਏ, ਤੀਜੀ ਦਿਨ ਤਿਆਰ ਖੜੇ ਹੋਏ ਹੋਣਾ ਸੀਗਾ। ਦੇਖੋ ਅੰਦਰ ਜਾ ਰਹੇ ਹੁਣ, ਆਹ ਜੇਬ ਸਾਹਿਬ ਸਾਡੇ ਤੋਂ ਪਹਿਲਾਂ ਉੱਪੜ ਗਏ ਸੀਗੇ, ਸਿਆਹ ਖਲੋਤੇ ਹੋਏ ਆ, ਦਿਖਾ ਰਹੇ ਨੇ ਜੀ, ਕੋਲੇ ਖਾ ਲੱਗੇ ਹੋ? ਹਾਂ ਕਹਿੰਦੇ ਕੋਲੇ ਖਾ ਲੱਗੇ ਜੀ ਅਸੀਂ, ਇਹ ਚੈੱਕ ਕਰੋ, ਆਹ ਸੀਖਾ ਰੱਖਿਆ ਗਿਆ ਬਾਹਰ ਦੰਦ ਸਾਫ਼ ਕਰਨ ਵਾਸਤੇ, ਗੱਡੀਆਂ ਰਿਮਕੇ ਰਿਮਕੇ ਅੰਦਰ ਨੂੰ ਅਸੀਂ ਬਾੜ ਹੀ ਰਹੇ ਹਾਂ, ਬਾਹਰੋਂ ਦਾ ਨਜ਼ਾਰਾ ਬਾਵੇ ਲੱਗ ਰਿਹਾ, ਦੇਖੋ ਯਾਰ ਚੈੱਕ ਕਰੋ, ਅੰਦਰ ਦੇ ਹਾਲਾਤ ਕੀ ਨੇ ਪਤਾ ਨਹੀਂ। ਸਾਡੇ ਬਾਕੀ ਦੇ ਭਾਰੂ ਵੀ ਆ ਗਏ ਨੇ, ਜੇ ਬਾਈ ਕੁੰਡੀ ਖੋਲਣ ਗਏ ਨੇ, ਆਹ ਜੀ ਐਨਕਲਾ ਸਾਡਾ ਲੂ ਸ਼ੈਂਗ ਜੀ, ਆਹ ਮਿਡਲ ਆ, ਇੱਧਰ ਮਾਨੀ ਗੁੱਜਰ, ਕਿੱਦਾਂ ਮਾਨੀ ਗੁੱਜਰ ਆ ਗਿਆ, ਪਹੁੰਚ ਗਿਆ, ਮੈਂ ਨਹੀਂ ਪੀਂਦਾ ਬਾਈ, ਅੰਦਰ ਚੱਲ ਕੇ ਘੁੱਟਦੇ ਨੂੰ। Thank you.
ਗੁਲਾਬੀ ਜਰਸ ਪਹਿਲੀ ਵੀ ਦੇਖੀ ਵੈਸੇ ਯਾਰ ਕਮਾਲ ਤੂੰ ਗਲਤ ਬੈਠਾ ਵੀਰੇ ਇੱਥੇ ਉਹ ਹਿਸਾਬ ਨਹੀਂ ਲੱਗਣਾ ਤੂੰ ਕਰਨ ਵਾ
ਹੁਣ ਠੀਕ ਆ ਇਹ ਆਲਮ ਚੰਨਾ ਤੁਸੀਂ ਕੌਣ ਮੈਂ ਡਬਲ ਚੰਨਾ ਅੱਛਾ ਤੁਸੀਂ ਚੈੱਕ ਕਰ ਸਕਦੇ ਨਹਾ ਸਾਬਣ ਦੇ ਆ ਵਾ ਰੋਟੀ ਵਾਲਾ ਕਿਤੇ ਲੇਟ ਹੋ ਗਿਆ ਸਾਰਿਆਂ ਰੋਟੀ ਦੀ ਡੀਕ 'ਚ ਬੈਠੇ ਹੋਏ ਨੇ ਚੈੱਕ ਕਰੋ ਯਾਰ ਹੈਂ ਉਹ ਪਰਲੇ ਵੱਜਦੇ ਆ ਬਾਈ ਨੇ ਇਹਨਾਂ ਦੀ ਪਿਛਲੇ ਪਾਸੇ ਸਾਡੀ ਉਹ ਗੀਠੀ ਲੱਗੀ ਹੋਈ ਆ ਟਿੱਕੇ ਛੁੱਕੇ ਸਾਡੇ ਉੱਥੇ ਪਏ ਹੋਏ ਨੇ ਮਾਨੀ ਭਾਈ ਦਾ ਬੱਸ ਨਹੀਂ ਚੱਲਣ ਡਿਆ ਜਾ ਕੇ ਕਤਲ ਕਰਦੇ ਹਰ ਬੰਦਾ ਕਿਉਂ ਸ਼ੀਰ ਸਾਹਿਬ ਇੱਦਾਂ ਹੀ ਆ ਇੱਦਾਂ ਹੀ ਅਤੇ ਤੁਸੀਂ ਵੇਖ ਕੇ ਕਹਿ ਰਹੇ ਸੀ ਯਾਰ ਕਿ ਮੈਂ ਤਾਂ ਇੱਥੇ ਆਉਣਾ ਸੀਗਾ ਬਿਰਿਆਨੀ ਦੇ ਚਾਹ ਦੇ ਵਿੱਚ ਸੁਬਾਹ ਨਾਸ਼ਤਾ ਵੀ ਨਹੀਂ ਕੀਤਾ ਹੈਗਾ ਕਿਉਂ ਸਰ ਰੋਟੀ ਜਿਵੇਂ ਆਈ ਆ ਰਿਕਸ਼ਾ ਆ ਗਿਆ ਸਭ ਦੀਆਂ ਮੁਸਕਰਾਹਟਾਂ ਚੈੱਕ ਕਰੋ ਤੁਸੀਂ ਆ ਠੀਕ ਹੈ ਸਰ ਦਿਲ ਗਾਰਡਨ ਗਾਰਡਨ ਹੋ ਗਿਆ ਹੈ ਆਹ ਦੇਖੋ ਤੁਸੀਂ ਭਾਈ ਵੀ ਫੁੱਲ ਗਾਰਡਨ ਗਾਰਡਨ ਵਿੱਚ ਬੈਠੇ ਨੇ ਰੋਟੀ ਆ ਗਈ ਹੈ ਕਿਉਂ ਮਾਨੀ ਬਾਈ ਖੁਸ਼ੀ ਹੋ ਰਹੀ ਖੁਸ਼ੀ ਆ ਬਾਈ ਕਹਿ ਰਹੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਉਹ ਜੀ ਅਸਮ ਆਹ ਹਾਲਾਤ ਨੇ ਬੱਸ ਨਹੀਂ ਚੱਲਣ ਡਿਆ ਆਵਾਮ ਦਾ ਕਿ ਟਰੇਨ ਸਮੇਤ ਹੀ ਸ਼ੁਰੂ ਹੋ ਜਾਵੇ ਮਾਨੀ ਬਾਈ ਚਾਵਲ ਲੋ ਵੀਰੇ ਹੁਣ ਆਪਣੀ ਹੋ ਗਈ ਨਹਾਉਣ ਆ ਕੇ ਬੱਸ ਤੋਂ ਰੋਟੀ ਲਈ ਆਪਾਂ ਖਾ ਇਹ ਮਾਨੀ ਪਾਈ ਇਹਦੇ ਕੋਲ ਨਹੀਂ ਖਾਧੀ ਗਈ ਉਸ ਤੋਂ ਪਿਛਲੇ ਕੋਲ ਨਹੀਂ ਖਾਧੀ ਗਈ ਇੰਨੀ ਪਾਈ ਇੰਨੇ ਸਹੀ ਇੰਨੀ ਪਾਈ ਆ ਹਾਂ ਬਾਕੀ ਸਾਨੂੰ ਤਾਂ ਵੀਰੇ ਨਹਾਉਣ ਦਾ ਬੜਾ ਸਵਾਦ ਆਇਆ ਵਾ ਉਮੀਦ ਕਰਦਾ ਤੁਹਾਨੂੰ ਸਾਡੀ ਵੀਡੀਓ ਜ਼ਰਾ ਸ਼ੁਕਰੀ ਜ਼ਰਾ ਚੰਗੀ ਲੱਗੇਗੀ ਅਤੇ ਮਿਲਦੇ ਆਪਾਂ ਫਿਰ ਕਿਸੇ ਹੋਰ ਸੋਹਣੀ ਅਤੇ ਵਧੀਆ ਜੀ ਵੀਡੀਓ ਚੋਣੇ ਚੱਲੀ